ਸਤਿ ਸ਼੍ਰੀ ਅਕਾਲ, ਮੈਂ ਗਗਨਦੀਪ ਓਮ ਗਲੋਬਲ ਅੰਮ੍ਰਿਤਸਰ ਤੋਂ। ਕਾਫੀ ਜ਼ਿਆਦਾ ਬੱਚਿਆਂ ਦੇ ਕੰਸਰਨਸ ਆ ਰਹੇ ਸੀ ਕੈਨੇਡਾ ਦੇ ਪ੍ਰੋਸੈਸਿੰਗ ਟਾਈਮ ਨੂੰ ਲੈ ਕੇ ਔਰ ਵੀਜ਼ਾ ਦਾ ਕੀ ਟ੍ਰੈਂਡ ਚੱਲ ਰਿਹਾ ਉਹਦੇ ਬਾਰੇ। ਸੋ ਅੱਜ ਪ੍ਰੋਸੈਸਿੰਗ ਟਾਈਮ ਦੀ ਅਗਰ ਗੱਲ ਕਰੀਏ ਕੈਨੇਡਾ ਦੀ, ਆਫਟਰ ਜਿਹੜਾ ਰੂਲ ਚੇਂਜ ਹੋਇਆ ਜਦੋਂ ਤਾਂ ਉਹਨਾਂ ਨੇ ਇੰਪਲੀਮੈਂਟੇਸ਼ਨਸ ਕੀਤੀਆਂ PAL ਲੈਟਰ ਦੀ, ਅਤੇ ਉਸ ਤੋਂ ਬਾਅਦ ਅਗਰ ਦੇਖਣ ਨੂੰ ਜਿਹੜੀ ਚੀਜ਼ ਮਿਲੀ ਹੈ ਔਰ ਬਹੁਤ ਵਧੀਆ ਚੀਜ਼ ਮਿਲੀ ਹੈ ਕੈਨੇਡਾ ਦੇ ਵੱਲੋਂ ਔਰ ਉਹਨਾਂ ਦੇ ਪ੍ਰੋਸੈਸਿੰਗ ਟਾਈਮ ਦੇ ਵਿੱਚ, ਜਿਹੜਾ ਕਿ ਹਫ਼ਤੇ ਪਹਿਲਾਂ ਲੱਗੀਆਂ ਫਾਈਲਾਂ ਸੀ ਉਹਨਾਂ ਦੇ ਵੀ PPRs ਆਉਣੇ ਸ਼ੁਰੂ ਹੋ ਚੁੱਕੇ ਨੇ, ਯਾਨੀ ਕਿ ਵਿਦ ਇਨ ਆ ਵੀਕ PPRs ਮਿਲਣੇ ਸ਼ੁਰੂ ਹੋ ਚੁੱਕੇ ਉਨ ਫਾਈਲਸ ਨੂੰ ਜਿਹੜੇ ਅਸੀਂ ਹਫ਼ਤਾ ਪਹਿਲਾਂ ਲਗਾਇਆ ਸੀ। ਸੋ ਇੱਥੋਂ ਪਤਾ ਲੱਗਦਾ ਹੈ ਕਿ ਕੈਨੇਡਾ ਨੇ ਕਿੰਨਾ ਜ਼ਿਆਦਾ ਆਪਣੀ ਫਾਈਲਾਂ ਦੇ ਵਿੱਚ ਸਪੀਡਲੀ ਕੰਮ ਕਰਨਾ ਸ਼ੁਰੂ ਕੀਤਾ ਹੈ ਆਫਟਰ ਦੈਟ ਰੂਲਸ ਚੇਂਜ, ਜਿਹੜੀ ਉਹਨਾਂ ਨੇ PL ਵਗੈਰਾ ਦਾ ਇੰਪਲੀਮੈਂਟੇਸ਼ਨ ਸਿੱਖਿਆ। ਸੋ ਇਹ ਉਹ PPRs ਨੇ ਜਿਹੜੀ ਹਫ਼ਤੇ ਪਹਿਲਾਂ ਫਾਈਲ ਲੱਗੀਆਂ ਸੀ, ਉਹਨਾਂ ਦੀ ਡੇਟਸ ਤੁਸੀਂ ਈਜ਼ਲੀ ਚੈੱਕ ਕਰ ਸਕਦੇ ਹੋ, ਕੋਈ 11 April ਦੀ ਹੈ, ਕੋਈ 12 April ਦੀ ਹੈ। ਸੋ ਨੀਅਰ ਅਬਾਊਟ 5 ਫਾਈਲਾਂ ਜਿਹੜੀਆਂ ਹਫ਼ਤੇ ਪਹਿਲਾਂ ਅਸੀਂ ਲੌਂਚ ਕੀਤੀਆਂ ਸੀ ਉਹਨਾਂ ਦੇ ਉੱਤੇ ਅੱਜ ਸਾਨੂੰ ਉਹਨਾਂ ਦੇ PPRs ਮਿਲ ਚੁੱਕੇ ਨੇ। ਸੋ ਇੱਥੋਂ ਹੀ ਪਤਾ ਲੱਗਦਾ ਪਿਆ ਕਿ ਕੈਨੇਡਾ ਕਿੰਨੀ ਸਪੀਡਲੀ ਕੰਮ ਕਰਦਾ ਪਿਆ ਆਫਟਰ ਦੋਜ ਰੂਲਸ ਚੇਂਜਸ। ਸੋ ਰੂਲ ਚੇਂਜ ਹੋਏ, ਕਾਫੀ ਜ਼ਿਆਦਾ ਮਾਰਕੀਟ 'ਚ ਰਿਊਮਰਸ ਵੀ ਕ੍ਰੀਏਟ ਹੋਏ, ਕਾਫੀ ਬੱਚੇ ਉਸ ਰਿਊਮਰਸ ਦਾ ਪਾਰਟ ਵੀ ਬਣੇ ਔਰ ਉਹਨਾਂ ਦੇ ਕਰਕੇ ਉਹਨਾਂ ਨੇ ਆਪਣੀ ਕੈਨੇਡਾ ਦੀ ਪ੍ਰੋਸੈਸਿੰਗ ਨੂੰ ਸਟੋਪ ਕੀਤਾ ਕਿ ਉਹਨਾਂ ਦਾ ਡਰ ਕੀ ਸੀ ਕਿ ਕਿਤੇ ਫੀਸਾਂ ਨਾ ਫਸ ਜਾਣ, PL ਲੈਟਰ ਮਿਲੇਗਾ ਜਾਂ ਨਹੀਂ ਮਿਲੇਗਾ, ਜਾਣਾ ਚਾਹੁੰਦੇ ਸੀ 2024 ਦੇ ਵਿੱਚ, ਕਿਤੇ ਹੁਣ ਸਾਨੂੰ ਜਿਹੜਾ 2025 ਵੱਲ ਤਾਂ ਨਹੀਂ ਰੁਕ ਕਰਨਾ ਪੈ ਜਾਏਗਾ, ਐਂਡ ਸੋ ਆਨ। ਸੋ ਹਾਲੇ ਵੀ ਮੈਂ ਇੱਥੋਂ ਇਹੀ ਚੀਜ਼ ਦਾ ਇੱਕ ਬੱਚਿਆਂ ਨੂੰ ਨੌਲੇਜ ਦੇਣਾ ਚਾਹਾਂਗਾ ਕਿ ਅਗਰ ਸਟਿਲ ਉਹ ਅਗਰ ਆਪਣਾ ਕੈਨੇਡਾ ਦੇ ਸਟੱਡੀ ਦੇ ਬਾਰੇ ਪਲਾਨ ਕਰ ਰਹੇ ਨੇ ਔਰ ਸਟਿਲ 2024 ਦੇ ਵਿੱਚ ਜਾ ਕੇ ਉੱਥੇ ਆਪਣੀ ਪੜ੍ਹਾਈ ਸ਼ੁਰੂ ਕਰਨਾ ਚਾਹੁੰਦੇ ਨੇ, ਸੋ ਹੁਣ ਵੀ ਕੋਈ ਚੀਜ਼ ਚੇਂਜ ਨਹੀਂ ਹੋਈ ਹੈ, ਨਾ ਹੀ ਤੁਹਾਡੀ ਕੋਈ ਫੀਸਿਸ ਫਸਣਗੀਆਂ, ਨਾ ਹੀ ਤੁਹਾਨੂੰ ਕੋਈ PL ਲੈਟਰ ਤੋਂ ਜੂਝਣਾ ਪਏਗਾ, ਕਿਉਂਕਿ PL ਲੈਟਰ ਵੀ ਅਸੀਂ ਤੁਹਾਨੂੰ ਇੱਕ ਦਿਨ ਦੇ ਅੰਦਰ ਅੰਦਰ ਅਪਰੂਵਡ ਕਰਾ ਕੇ ਦੇਵਾਂਗੇ ਕਾਲਜ ਤੋਂ। ਸੋ ਤੁਸੀਂ ਵੀ ਆਪਣੀ ਫਾਈਲ ਨੂੰ ਵਿਦ ਇਨ 10 days to 12 days ਅੰਬੈਸੀ ਦੇ ਵਿੱਚ ਲੌਂਚ ਕਰਾ ਸਕਦੇ ਹੋ ਅਗਰ ਕੈਨੇਡਾ ਜਾਣਾ ਚਾਹੁੰਦੇ ਹੋ ਔਰ ਘੱਟ ਬਜਟ ਦੇ ਵਿੱਚ ਜਾਣਾ ਚਾਹੁੰਦੇ ਹੋ ਜਿੱਦਾਂ ਕਿ ਪਹਿਲੇ ਬੱਚੇ ਜਾਂਦੇ ਸੀ, ਔਰ ਸੇਮ ਉਸੀ ਬਜਟ ਦੇ ਅੰਦਰ ਅਗਰ ਤੁਸੀਂ ਕੈਨੇਡਾ ਅਪਲਾਈ ਕਰਨਾ ਚਾਹੁੰਦੇ ਹੋ, ਬਿਨਾਂ ਦੇਰ ਕੀਤੇ ਸਾਨੂੰ ਕਾਲ ਕਰੋ ਜਾਂ ਸਾਡੀ ਕਿਸੇ ਵੀ ਨੀਅਰੈਸਟ ਬ੍ਰਾਂਚ ਵਿੱਚ ਵਿਜ਼ਿਟ ਕਰ ਸਕਦੇ ਹੋ ਔਰ ਸਾਰੇ ਦੇ ਸਾਰੇ ਪੈਸੇ ਦੇ ਸਕਦੇ ਹੋ ਵੀਜ਼ਾ ਲੱਗਣ ਤੋਂ ਬਾਅਦ। ਧੰਨਵਾਦ।